ਇੱਕ ਅੰਗਰੇਜ਼ ਜਵਾਨ ਕਹਿ ਰਹੀ ਹੈ। ਉਹਨੇ ਇੱਕ ਹੋਰ ਬੜੀ ਪਿਆਰੀ ਗੱਲ ਕੀਤੀ ਹੈ, ਕਹਿੰਦੀ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਕਹਿੰਦੀ ਜਦੋਂ ਮੈਂ ਅੰਮ੍ਰਿਤਸਰ ਆਈ ਨਾ ਅਤੇ ਕਹਿੰਦੀ ਦਰਬਾਰ ਸਾਹਿਬ ਦੇ ਬਾਹਰ ਤਸਵੀਰਾਂ ਵੇਖ ਰਹੀਆਂ ਸੀ ਸੰਤ ਜਰਨੈਲ ਸਿੰਘ। ਇਸ ਗੱਲ ਨੂੰ ਤੁਸੀਂ ਵੀ ਵੇਖਿਆ, ਅੱਜ ਵੀ ਵਿਕਦੀਆਂ। ਕਹਿੰਦੀ ਮੈਂ ਇੱਕ ਆਮ ਜਿਹੇ ਦੁਕਾਨਦਾਰ ਨੂੰ ਸਵਾਲ ਕੀਤਾ ਕਿ ਮੇਰੇ ਵੀਰ ਇਸ ਧਰਮ ਯੁੱਧ ਮੋਰਚੇ ਦੇ ਲੀਡਰ ਤਾਂ ਹੋਰ ਵੀ ਕਈ ਸੀ, ਲੌਂਗੋਵਾਲ ਸੀ, ਬਲਵੰਤ ਸਿੰਘ ਸੀ, ਬਾਦਲ ਸੀ, ਬਰਨਾਲਾ ਸੀ, ਪਰ ਤਸਵੀਰਾਂ ਸੰਤ ਜਰਨੈਲ ਸਿੰਘ ਦੀਆਂ ਕਿਉਂ ਵਿਕਦੀਆਂ? ਕਦੀ ਕਿਸੇ ਨੇ ਲੌਂਗੋਵਾਲ ਦੀ ਤਸਵੀਰ ਖਰੀਦ ਕੇ ਆਪਣੇ ਘਰ ਰੱਖੀ? ਕਦੀ ਕਿਸੇ ਨੇ ਬਾਦਲ ਦੀ ਤਸਵੀਰ ਖਰੀਦੀ ਹੈ? ਕਦੀ ਕਿਸੇ ਨੇ ਬਲਵੰਤ ਸਿੰਘ ਦੀ ਤਸਵੀਰ ਖਰੀਦੀ ਹੈ? ਉਹ ਕਹਿੰਦੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਇਸ ਸੰਘਰਸ਼ ਦੇ ਲੀਡਰ ਤਾਂ ਕਈ ਸੀ ਜਿਨ੍ਹਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ, ਪਰ ਤਸਵੀਰਾਂ ਸੰਤ ਜਰਨੈਲ ਸਿੰਘ ਦੀਆਂ ਕਿਉਂ ਵਿਕਦੀਆਂ ਨੇ? ਕਹਿੰਦੀ ਉਸ ਦੁਕਾਨਦਾਰ ਨੇ ਜਵਾਬ ਬੜਾ ਪਿਆਰਾ ਦਿੱਤਾ, ਕਹਿੰਦਾ ਜਿਹੜੇ ਜਿਉਂਦੇ ਜੀ ਵਿਕ ਜਾਂਦੇ ਨੇ ਉਹਨਾਂ ਦੀਆਂ ਤਸਵੀਰਾਂ ਨਹੀਂ ਵਿਕਦੀਆਂ, ਅਤੇ ਜਿਹੜੇ ਜਿਉਂਦੇ ਜੀ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ। ਇਹ ਜਵਾਬ ਬੜਾ ਅਹਿਮ ਹੈ ਕਿ ਜਿਹੜੇ ਜਿਉਂਦੇ ਜੀ ਵਿਕ ਜਾਂਦੇ ਨੇ, ਜਿਹੜੇ ਜ਼ਮੀਰ ਨੂੰ ਵੇਚ ਦਿੰਦੇ ਨੇ, ਉਹਨਾਂ ਦੀਆਂ ਕਦੀ ਤਸਵੀਰਾਂ ਨਹੀਂ ਵਿਕਦੀਆਂ। ਤਸਵੀਰਾਂ ਉਹਨਾਂ ਦੀਆਂ ਵਿਕਦੀਆਂ ਨੇ ਜਿਹੜੇ ਆਪਣੀ ਜ਼ਮੀਰ ਨੂੰ ਕਾਇਮ ਰੱਖਦੇ ਨੇ, ਜਿਹੜੇ ਵਿਕਦੇ ਨੇ। ਸੋ ਸੰਤ ਜਰਨੈਲ ਸਿੰਘ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਜ਼ਮੀਰ ਨੂੰ ਕਾਇਮ ਰੱਖਿਆ, ਔਰ ਵਾਰ ਵਾਰ ਆਪਣੇ ਵਿਖਿਆਨਾਂ ਦੇ ਵਿੱਚ ਉਹ ਕਹਿੰਦੇ ਵੀ ਰਹੇ ਨੇ ਕਿ ਸਰੀਰ ਦਾ ਮਰ ਜਾਣਾ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ।